ਅਸਲਾਮ ਅਲੈਕਮ ਦੋਸਤੋ, ਕੀ ਹਾਲ ਚਾਲ ਹੈ? ਤੁਸੀਂ ਵੇਖਦੇ ਪਏ ਹੋ ਸ਼ਹੀਨ ਐਨੀਮਲ ਟੀ ਵੀ ਅਤੇ ਮੈਂ ਡੋਡ ਮੇਜ਼ਬਾਨ ਸ਼ਫਾਕ ਅਹਿਮਦ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਅਤੇ ਬੈੱਲ ਲਾਈਕ ਕਲਿੱਕ ਤਾਂ ਕਿ ਮੇਰਾ ਨੋਟੀਫਿਕੇਸ਼ਨ ਮੇਰੇ ਵੀਰਾਂ ਬੇਰੀਆਂ ਤੱਕ ਬਾਸਾਨੀ ਪਹੁੰਚੇ। ਨੰਬਰ ਆਪਣਾ ਹੁੰਦਾ 0345 4756 0443। ਇਸੇ ਨੰਬਰ 'ਤੇ ਵਟਸਐਪ ਦੇ ਸੇ ਤੀਮ। ਅੱਜ ਅੱਲਾਹ ਦੀ ਮਿਹਰਬਾਨੀ ਨਾਲ ਜਿਹੜਾ 13 ਤਰੀਕ ਅੱਲਾਹ ਦੀ ਖਾਸ ਉਹਨਾਂ ਚੌਥਾ ਮਹੀਨਾ 2024 ਅੱਜ ਇੱਕ ਬਰੇਡ ਦੀ ਵੀਡੀਓ ਲੈ ਕੇ ਆਇਆ। ਮੇਰਾ ਕੈਮਰਾਮੈਨ ਵਿਖਾਵੇਗਾ, ਉਸ ਤੋਂ ਬਾਅਦ ਗੱਲਾਂ ਹੋਣਗੀਆਂ ਮਾਲਕ ਨਾਲ, ਬਾਕੀ ਸਾਰਾ ਖਾਨਦਾਨ ਇਸ ਮਾਲੀ ਦਾ ਵਿਖਾਵਾਂਗੇ। ਮਾਸ਼ਾਅੱਲਾ, ਅੱਗੂ ਨੀਵਾਂ ਮਗਰੂ ਉੱਚਾ। ਮੇਰੇ ਵੀਰ ਸੱਜਣ ਜਨਾਬ ਆਉਂਦੇ ਸੀ ਕਿ ਮਾਲੀ ਲੈਣਾ ਪੂਰੀ ਜਨਾਬ ਨਸਲਾਂ ਜ਼ਾਤਾਂ ਵਾਲਾ। ਪੀਰ ਬੱਬਰ ਸ਼ਾਹ ਜਨਾਬ, ਅਸਲ ਸੈਯਦ ਸਾਹਿਬ ਬੁਖਾਰੀ, ਅੱਲਾਹ ਦੀ ਮਿਹਰਬਾਨੀ ਨਾਲ ਉਹਨਾਂ ਦਾ ਵਾਸਤੇ ਜਨਾਬ ਲੱਭ ਕੇ ਲਿਆਂਦਾ ਅੱਲਾਹ ਦੀ ਫਜ਼ਲੋ ਕਰਮ ਨਾਲ। ਬਾਕੀ ਲੈਣੇ ਦੇਣੇ ਮੁਕੱਦਰ ਯਾ ਨਸੀਬ ਨੇ, ਤਾਂ ਇਹਨੂੰ ਅੱਗੂ ਰੋਕੇ ਨਾ। ਮਾਸ਼ਾਅੱਲਾ, ਇਹ ਜਨਾਬ ਬਾਬਾ ਸੈਯਦ ਬੱਬਰ ਸ਼ਾਹ ਜਨਾਬ ਬੁਖਾਰੀ ਸਾਹਿਬ, ਇਹ ਜਨਾਬ ਉਹਨਾਂ ਵਾਸਤੇ ਮਾਲੀ ਲੱਭਿਆ ਤੂੰ ਦਾ। ਇਹਦਾ ਅੰਗ ਅੰਗ ਵਿਖਾਸ ਹੈ ਔਰ ਹਰ ਰੰਗ ਵਿਖਾਸ ਹੈ ਅੱਲਾਹ ਮਿਹਰਬਾਨੀ ਨਾਲ। ਅੱਗੂ ਰੋਕੇ ਨਾ ਨਿੱਕਿਆ, ਪੂਰੇ ਮਨ ਮਨ ਦੀ ਅੱਖ ਲੱਗੀ ਹੋਈ ਹੈ, ਖੁੱਡਾ ਪੁੱਠਾ ਬੇਕੀਮਤਾ ਅੱਲਾਹ ਮਿਹਰਬਾਨੀ ਨਾਲ। ਬਾਕੀ ਲੈਣੇ ਦੇਣੇ ਮੁਕੱਦਰ ਯਾ ਨਸੀਬ ਨੇ, ਬੜੇ ਬੜੇ ਜਨਾਬ ਮਾਲੀ ਵੇਖੇ ਨੇ ਪਰ ਇਹ ਮਾਲੀ ਨਹੀਂ ਆਉਣਾ ਅੱਗੇ ਅੱਲਾਹ ਦੀ ਮਿਹਰਬਾਨੀ ਨਾਲ। ਖੁੱਡੇ ਪੁੱਠੇ ਨਸਲਾਂ ਜ਼ਾਤਾਂ ਮੇਰੇ ਵੀਰਾਂ ਦੇ ਸਾਹਮਣੇ ਨੇ। ਮਾਸ਼ਾਅੱਲਾ, ਤੁੰਨੀ ਕੁੜੀ ਦਾ ਨਾਮੋ ਨਿਸ਼ਾਨ ਨਹੀਂ। ਬਾਕੀ ਜੋ ਹਿਸਾਬ ਕਿਤਾਬ ਹੈ ਉਹ ਮੇਰੀ ਕੈਮਰੇ ਦੀ ਨਿਗਾਹ ਹੈ, ਮੇਰਾ ਕੈਮਰਾਮੈਨ ਤਸੱਲੀਆਂ ਕਰਾਉਂਦਾ ਪਿਆ। ਮਾਸ਼ਾਅੱਲਾ, ਅੱਗੂ ਨੀਵਾਂ ਮਗਰੂ ਉੱਚਾ, ਅੱਲਾਹ ਦੀ ਮਿਹਰਬਾਨੀ ਨਾਲ ਆਂਡਾ ਪਿਛਾਂ ਤੱਕੀ ਫਿਰਦਾ, ਬਰੀਕ ਪਤਲੀ ਪੂਛਲ ਧਾਗੇ ਵਰਗੀ, ਅੱਲਾਹ ਦੀ ਮਿਹਰਬਾਨੀ ਨਾਲ ਇਸ ਮਾਲੀ ਦੀ ਹੈ। ਬਾਕੀ ਜੋ ਹਿਸਾਬ ਕਿਤਾਬ ਹੈ ਉਹ ਮੇਰੀ ਕੈਮਰੇ ਦੀ ਨਿਗਾਹ ਹੈ। ਕੱਦ ਚੰਗਾ, ਲਾਮ ਚੰਗੀ, ਛੋਟੀ ਜਿਹੀ ਫੁੱਲੀ ਮੱਥੇ 'ਚ, ਅੱਲਾਹ ਦੀ ਮਿਹਰਬਾਨੀ ਨਾਲ ਅੱਖਾਂ ਹੀ ਨੇ ਜਿਵੇਂ ਜਨਾਬ ਐਨਰਜੀ ਸੇਵਲ ਬਲਬ ਹੁੰਦਾ, ਅੱਲਾਹ ਦੀ ਮਿਹਰਬਾਨੀ ਨਾਲ। ਬਾਕੀ ਜੋ ਹਿਸਾਬ ਕਿਤਾਬ ਹੈ, ਜੋ ਗੱਲਬਾਤ ਹੈ ਮੇਰੀ ਕੈਮਰੇ ਦੀ ਨਿਗਾਹ ਹੈ। ਥੱਲੇ ਪੈ ਕੇ ਵੇਖੋ ਜਨਾਬ, ਇਹਦੀ ਦੁਨੀ ਦਾ ਨਾਮੋ ਨਿਸ਼ਾਨ ਨਹੀਂ, ਅੱਲਾਹ ਦੀ ਮਿਹਰਬਾਨੀ ਨਾਲ। ਮਾਸ਼ਾਅੱਲਾ, ਮਾਸ਼ਾਅੱਲਾ ਜ਼ਰੂਰ ਪੜ੍ਹਨੀ ਹੈ ਅਤੇ ਮਾਸ਼ਾਅੱਲਾ ਦਾ ਕਮੈਂਟ ਕਰਨੇ ਨੇ। ਅੱਲਾਹ ਮਿਹਰਬਾਨੀ ਨਾਲ, ਵੇਹਦੇ ਪਏ ਨੇ ਜਨਾਬ, ਡਰਦਾ ਹੈ ਥੋੜ੍ਹਾ ਜਿਹਾ, ਵਿੱਚ ਘਾਬਰਾ ਖੜ੍ਹਾ ਹੈ ਕਿ ਪਤਾ ਨਹੀਂ ਕੋਈ ਟੀਕੇ ਛਿਕਿਆਂ ਵਾਲਾ ਡਾਕਟਰ ਆਇਆ ਖੜ੍ਹਾ। ਅੱਲਾਹ ਮਿਹਰਬਾਨੀ ਨਾਲ, ਮਾਸ਼ਾਅੱਲਾ, ਅਸੀਂ ਕਰੋ, ਅਸੀਂ ਕਰੋ ਅੱਗੋਂ, ਅਸੀਂ ਕਰੋ ਵੱਡੀ ਦੀਵਾਰ ਮਾਰੇ। ਮਾਸ਼ਾਅੱਲਾ, ਅਸੀਂ ਕਰੇ ਨਾ ਕੱਖ। ਬਾਕੀ ਜੋ ਹਿਸਾਬ ਕਿਤਾਬ ਹੈ ਉਹ ਮਾਲਕ ਦੀ ਜ਼ਬਾਨੀ ਪੁੱਛਾਂਗੇ, ਕੀ ਪਿਆਰ ਮੁਹੱਬਤ ਅਸੀਂ ਡਿਮਾਂਡ ਕਰਦੇ ਨੇ ਕੀ ਨਹੀਂ। ਅੱਲਾਹ ਮਿਹਰਬਾਨੀ ਨਾਲ, ਮਾਸ਼ਾਅੱਲਾ, ਮਾਸ਼ਾਅੱਲਾ ਜ਼ਰੂਰ ਪੜ੍ਹਨੀ ਹੈ ਅਤੇ ਮਾਸ਼ਾਅੱਲਾ ਦੇ ਕਮੈਂਟ ਆਉਣੇ ਚਾਹੀਦੇ ਨੇ। ਬਾਕੀ ਮਾਲੀ ਬੜਾ ਖੂਬਸੂਰਤ ਔਰ ਬੜਾ ਆਲਾ ਕੁਆਲਿਟੀ ਦਾ, ਅੱਲਾਹ ਮਿਹਰਬਾਨੀ ਨਾਲ। ਮਾਸ਼ਾਅੱਲਾ, ਇਹਨੂੰ ਆਉਂਦੇ ਨੇ ਜਨਾਬ ਪਿਓਰ ਨੀਲੀ ਦਾ ਬਰੀਡਰ, ਅੱਲਾਹ ਦੇ ਖਾਸ ਫਜ਼ਲੋ ਨਾਲ। ਨਿੱਕਾ ਇੱਧਰ ਆ, ਇਹਨੂੰ ਇੱਧਰ ਪਰਾਂ ਨੂੰ ਕਰ। ਇਹ ਜਨਾਬ ਇਹਦੀ ਪੂਰੀ ਨਸਲਾਂ ਜ਼ਾਤਾਂ ਵਿਖਾਈਆਂ ਜਾ ਸਨ। ਇਹ ਮੱਝ ਜਨਾਬ ਤੀਸਰਾ ਵਾਰਾ ਇਹਨੇ ਸੁਣਿਆ, ਇਹ ਜਨਾਬ ਪਹਿਲੇ ਵਾਰੇ ਦਾ ਹੈ। ਅੱਲਾਹ ਦੀ ਮਿਹਰਬਾਨੀ ਨਾਲ ਲੁਟਕੀ ਬੁੱਚ ਪਏ ਹੋਏ ਨੇ। ਮਾਸ਼ਾਅੱਲਾ, ਮੱਝ ਪੂਰੀ ਵਲੈਤੀ ਹੈ ਵੀਰ ਸੱਜਣ, ਅੱਖਾਂ ਵਾਲਿਆ ਵੇਖਣੀ ਜ਼ਰੂਰ ਹੈ, ਮੱਝ ਦੇ ਪੈ ਰਹੀ ਨੇ ਜਿਵੇਂ ਥੰਮ ਹੁੰਦੇ ਨੇ। ਅੱਲਾਹ ਮਿਹਰਬਾਨੀ ਨਾਲ, ਇਹਦਾ ਪੁੱਤਰ, ਇਸ ਮੱਝ ਦਾ ਪੁੱਤਰ ਹੈ ਜਨਾਬ। ਇਹ ਤਾਇਰ ਆਉਂਦੇ ਨੇ ਥੋੜ੍ਹਾ ਪਰਾਂ ਤਾਇਆ ਟੋਰੀ, ਪੁੱਠੇ ਕੁੱਡੇ ਵੇਖ ਲਓ ਜਨਾਬ ਇਹ ਮੱਝ ਦੇ ਵੀ। ਬਾਕੀ ਮੱਝ ਉਹਨਾਂ ਸੇਲ ਨਹੀਂ ਕਰਨੀ, ਮੈਂ ਤਾਂ ਕੋਈ ਵੀਰ ਸੱਜਣ ਕਹੇ ਕਿ ਜਨਾਬ ਮੱਝ ਵੀ ਵਿੱਚ ਸਾਨੂੰ ਦੁਆ ਦਿਓ, ਮੱਝ ਮੁੱਝ ਨਹੀਂ ਦੇਣੀ ਉਹਨਾਂ ਜਨਾਬ।
ਗੱਲਾਂ ਪੱਕੀਆਂ ਪੀੜੀਆਂ ਹੋਣੀਆਂ ਨੇ। ਅੱਲਾ ਦੀ ਮਿਹਰਬਾਨੀ ਨਾਲ ਧੁਨੀ ਦਾ ਨਾਮੋ ਨਿਸ਼ਾਨ ਨਹੀਂ, ਬਾਕੀ ਸਾਰੇ ਇਹਦੇ ਦਰਸ਼ਨ ਕਰਾ ਦੇਸਾਂ। ਤਾਇਆ ਦੁੱਧ ਕਿੰਨਾ ਗੇੜਦੀ ਹੈ ਪੱਕਾ? ਦੁੱਧ ਮੈਂ ਕਰਦੀ 12-13 ਗੱਡੀਆਂ ਟਾਈਮ ਦੀ ਮਾਸ਼ਾਅੱਲਾ 20-22 ਲੀਟਰ ਦੁੱਧ ਚੋਂਦੇ ਰਹੇ। ਇਹ ਉਹਦਾ ਪੁੱਤਰ ਪਹਿਲੇ ਸਵੇਰ ਠੀਕ ਹੋ ਗਿਆ। ਤਾਇਆ ਇੱਕ ਇਹਦੀ ਹੋਰ ਮੱਝ ਦੀ ਝੋਟੀ ਖੜੀ ਸੀ, ਇਹ ਜਨਾਬ ਵੇਖ ਸਕਦੇ ਜੇ ਪਿਓਰ ਨੀਲੀ ਦਾ, ਔਰ ਬਰੀਡਰ ਅੱਲਾ ਦੀ ਮਿਹਰਬਾਨੀ ਨਾਲ ਇੱਕ ਇੱਥੇ ਝੋਟੀ ਹੋਰ ਖੜੀ ਸੀ ਜਨਾਬ, ਇਹਨੂੰ ਕੱਢੇ ਨਾ ਇਹ ਝੋਟੀ ਨੂੰ। ਇਹ ਜਿਹੜੀ ਉਹਦੀ ਹੈਗੀ ਹੈ ਭੈਣ ਮੱਝ ਦੀ, ਇਹ ਜਨਾਬ ਤੁਸੀਂ ਵੇਖ ਸਕਦੇ ਜੇ ਜਨਾਬ ਅਸਲ ਵਲੈਤੀ ਮੱਝਾਂ ਨੇ ਤਾਏ ਕੋਲ ਜਿੰਨੀਆਂ ਵੀ ਨੇ ਅੱਲਾ ਦੀ ਮਿਹਰਬਾਨੀ ਨਾਲ, ਜਾਵਦੇ ਕੱਢੀ ਵਾਲੀਆਂ ਅੱਲਾ ਦੀ ਮਿਹਰਬਾਨੀ ਨਾਲ। ਇਹ ਜਨਾਬ ਕੱਟਾ ਹੈ ਜਿਹੜਾ ਖਾਨਦਾਨੀ ਹੈ ਜਨਾਬ, ਆਹ ਜਨਾਬ ਇਹਨੂੰ ਬਾਰਾ ਬਾਰ ਕੱਢੀ 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 ਝੋਟੀ ਨੂੰ ਵੀ ਪਰਾਂ ਨੂੰ ਕਰਦੇ ਕੱਟੇ ਮਨੇ। ਆਹ ਲਓ ਜੀ ਮੇਰੇ ਵੀਰ ਸੱਜਣ ਜਨਾਬ ਦਰਸ਼ਨ ਕਰਨ ਪਰ ਦੇਣੀ ਤਾਇਰਾਂ। ਇਹ ਝੋਟੀ ਹੈ ਜਿਹੜੀ, ਇਹ ਜਨਾਬ ਇਹਦਾ ਭਾਈ ਹੈ ਜਨਾਬ ਇਸ ਝੋਟੀ ਦਾ, ਅੱਲਾ ਦੀ ਮਿਹਰਬਾਨੀ ਨਾਲ। ਬਾਕੀ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਮੁਹੱਬਤਾਂ ਦੇ ਕਮੈਂਟ ਵੀਰਾਂ ਨੇ ਲਾਜ਼ਮੀ ਕਰਨੇ ਨੇ ਅੱਲਾ ਦੀ ਮਿਹਰਬਾਨੀ ਨਾਲ। ਬਾਕੀ ਝੋਟੀ ਦਾ ਵਾਨਾ ਤੁਸੀਂ ਹੁਣੇ ਚੈੱਕ ਕਰ ਸਕਦੇ ਜੇ ਜਨਾਬ ਅੱਲਾ ਦੀ ਮਿਹਰਬਾਨੀ ਨਾਲ। ਅੱਗੋਂ ਹੀ ਕਰਾ ਜੀ ਪੁੱਠਾ ਖੁੱਡਾ ਇਹਦਾ ਵੀ ਤੱਕ ਲੈਣਾ ਮੇਰੇ ਵੀਰਾਂ ਨੇ। ਬਾਕੀ ਇਸ ਮਾਲੀ ਦਾ ਜਨਾਬ ਪੂਰਾ ਖਾਨਦਾਨ ਵਿਖਾ ਦਿੱਤਾ ਹੈ। ਅਤੇ ਤਾਇਆ ਜੀ ਆਓ ਗੱਲ ਕਰੀਏ। ਸਲਾਮੁਅਲੈਕਮ ਤਾਇਆ। ਵਾਲੇਕੁਮ। ਤਾਇਆ ਜੀ ਜਿਹੜਾ ਹੁਣ ਆਪਣਾ ਬਰੀਡਰ ਹੈਗਾ ਹੈ ਠੀਕ ਹੈ, ਇਹਦੀ ਮਾਂ ਵਿਖਾ ਦਿੱਤੀ ਹੈ, ਅੱਗੋਂ ਹੀ ਘਰ ਇਹਦੀ ਬੈਣ ਵੀ ਵਾਏ ਵਿਖਾ ਦਿੱਤੀ ਵੇ, ਟੁਰੀ ਫਿਰਦੀ ਹੈ। ਬਾਕੀ ਮਾਲ ਨੂੰ ਸਾਰੇ ਨੂੰ ਆਪਾਂ ਨਜ਼ਰ ਵਗਵਾ ਦੇਸਾਂ। ਇਹ ਤਾਇਆ ਜਿਹੜਾ ਮਾਲੀ ਹੈ ਆਪਣਾ ਇਹ ਹੁਣ ਇਹਦਾ ਪਿਓ ਵੀ ਚੰਗਾ ਸੀ ਬੜਾ, ਉਹ ਕਿੱਥੇ ਭੇਜਿਆ ਜੀ? ਉਹ ਲੈ ਗਏ ਨੇ ਮੁਲਤਾਨ ਵਾਲੇ ਪਾਸੇ, ਉਹ ਡੋਗਰ ਹੀ ਲੈ ਗਏ ਨੇ, ਲੇਕਿਨ ਉਹਦੀ ਕੀਮਤ ਨਹੀਂ ਆਪਾਂ ਦੱਸਦੇ। ਠੀਕ ਹੋ ਗਿਆ ਤਾਇਆ। ਅਤੇ ਤਾਇਆ ਇਹ ਹੁਣ ਕੱਟਾ ਜੇ ਮੂੰਹ ਦੁੰਦਾ ਨਹੀਂ ਹੋਇਆ? ਨਹੀਂ ਨਹੀਂ, ਮੈਂ ਮੱਝਾਂ ਟੱਪਦਾ ਹੈ? ਨਹੀਂ ਨਹੀਂ, ਸੁੰਘਦਾ ਵੇਂਹਦਾ ਹੈ ਜੇ ਮੂਤਰੀ ਨਹੀਂ ਪੱਟੀ। ਮੂਤਰੀ ਨਹੀਂ ਪੱਟੀ, ਪੱਟਣ ਵਾਲਾ ਬਾਂ ਹੁਣ ਪੱਟ ਲਵੇ, ਬਾਂ ਜਿਲੇ ਮਰਜ਼ੀ ਪੱਟ ਲਵੇ, ਦੋ ਨੂੰ ਪੱਟ ਲਵੇ, ਚੌਂ ਦਿਨਾਂ ਨੂੰ ਪੱਟ ਲਵੇ। ਠੀਕ ਹੋ ਗਿਆ, ਇਹਨੂੰ ਕਰਤਾ ਇਹਨੂੰ ਟੁੱਟਦਾ ਫਿਰਦਾ ਚੈੱਕ ਕਰਾਈਏ। ਤਾਇਆ ਹੁਣ ਗੱਲਾਂ ਨੇ ਆਪਾਂ ਸਾਰਾ ਕੁਝ ਵਿਖਾ ਦਿੱਤਾ, ਆਪਣੇ ਵੀਰ ਸੱਜਣ ਵੇਂਹਦੇ ਪਏ ਨੇ, ਜੇ ਕਿਸੇ ਨੂੰ ਕੋਈ ਚੰਗਾ ਲੱਗਦਾ ਹੋਇਆ ਬਿਲਕੁਲ ਅਤੇ ਲੈ ਲੈ ਇਸ ਚੀਜ਼ ਦਾ ਜਿਹਦੇ ਨਸੀਬਾਂ 'ਚ ਹੋਇਆ ਠੀਕ ਹੈ। ਇਸ ਤੋਂ ਬਾਅਦ ਤਾਂ ਗਰੰਟੀਆਂ ਆਪਣੇ ਕੋਲ ਰਹਿਣ ਨਹੀਂ ਦੀਆਂ ਠੀਕ ਹੈ ਨਾ, ਅਤੇ ਨਾ ਹੀ ਆਪਾਂ ਗਰੰਟੀਆਂ ਦੇਣੀਆਂ ਇਹਦਾ ਨਾ। ਤਾਇਆ ਹੁਣ ਪਿਆਰ ਅਤੇ ਮੁਹੱਬਤ ਵਾਲਾ ਮੁੱਲ ਕਰਨਾ ਹੈ। ਬਰੀਡਰ ਆਪਣਾ ਚੰਗਾ ਹੈ ਮਾਸ਼ਾਅੱਲਾ, ਬਰੀਡਰ 'ਚ ਕੋਈ ਕਮੀ ਨਹੀਂ, ਕੋਈ ਕਮਾ ਪੇਸ਼ੀ ਨਹੀਂ ਦੀ ਅੱਲਾ ਮਿਹਰਬਾਨੀ ਨਾਲ। ਬਰੀਡਰ ਆਪਣਾ ਚੰਗਾ ਹੈ, ਲੈਣਾ ਉਹਨੇ ਜਿਹਨੇ ਬਰੀਡ ਵਾਸਤੇ ਲੈਣਾ, ਆਮ ਬੰਦੇ ਦੇ ਵਾਸਤਾ ਰੋਜ਼ ਨਹੀਂ ਅਤੇ ਮੁੱਲ ਉਹ ਕਰਨਾ ਹੀ ਵੀ ਪਿਆਰ ਅਤੇ ਮੁਹੱਬਤ ਵਾਲਾ। ਇਹ ਨਹੀਂ ਆਖਣੀ ਤਾਇਆ ਵੀ ਹੁਣ ਆਪਾਂ ਇਹਦੀ ਮਾਂ ਵੀ ਵਿਖਾ ਦਿੱਤੀ ਅਤੇ ਸਾਰੀ ਇਹਦੀ ਭੈਣ ਵੀ ਵਿਖਾ ਦਿੱਤੀ ਹੈ, ਮੁੱਲ ਕਰਨਾ ਹੀ ਤਾਇਆ ਪਿਆਰ ਅਤੇ ਮੁਹੱਬਤ ਵਾਲਾ। ਵੀਰ ਸੱਜਣ ਆਪਣੇ ਆਖਣ ਵੀ ਅੱਜ ਨਾ ਅਸ਼ਫਾਕ ਮੀਆਂ ਗਿਆ ਅਤੇ ਵਾਕਿਆ ਹੀ ਪਿਆਰ ਅਤੇ ਮੁਹੱਬਤ ਵਾਲਾ ਰੇਟ ਕੀਤਾ ਸੀ। ਜੋਟਾ ਮੀਆਂ 4 ਲੱਖ ਤੋਂ ਘੱਟ ਨਹੀਂ, 4 ਲੱਖ ਬਹੁਤ ਜ਼ਿਆਦਾ ਤਾਇਆ, ਤੇਰੀ ਮਿਹਰਬਾਨੀ, 4 ਲੱਖ ਬੜਾ ਜ਼ਿਆਦਾ ਹੈ, ਥੱਲੇ ਆ, ਤੇਰੀ ਮਿਹਰਬਾਨੀ। ਜਿਹੜੇ ਕਿਹਾ 4 ਲੱਖ ਨਹੀਂ, ਇਹ ਤਾਂ ਨਹੀਂ ਨਹੀਂ ਮੇਰੀ ਗੱਲ ਸੁਣੇ ਨਾ, ਇਹ ਤਾਂ ਤੂੰ ਉਹ ਗੱਲ ਕੀਤੀ, ਇਹ ਜੇ ਮੀਆਂ ਨਹੀਂ ਲੱਭਦੇ ਰੋਲਾ ਗੱਲਾ ਹੈ ਨਾ। ਤਾਇਆ ਮੇਰੀ ਗੱਲ ਸੁਣ, 4 ਲੱਖ ਨਹੀਂ, ਜਿੱਥੇ ਅੱਗੇ ਮੁੱਲ ਦੱਸਿਆ ਹੀ ਨਾ ਉਹ ਦੱਸ, ਇੰਨਾ ਨਹੀਂ। ਚਲੋ ਲੱਖ ਛੱਡ, 3 ਲੱਖ ਦੇ ਦੇ ਕਸਾਈਆਂ ਨਹੀਂ ਦੇਣਾ ਆਪਾਂ। ਤਾਇਆ ਇਹ ਇੱਕ ਆਪਣਾ ਪੀਰ ਹੈ ਬਾਬਾ ਸੈਯਦ ਬੱਬਰ ਸ਼ਾਹ,
ਇਹ ਕੱਟਾ ਆਪਾਂ ਉਹਨੂੰ ਲੈ ਕੇ ਦੇਣਾ, ਇਹ ਕੱਟਾ ਮੁੜ ਜ਼ਿੰਦਗੀ ਭਰ ਯਾਦ ਰੱਖਿਆ ਆਪਣਾ ਮਾਲ ਵੇ ਨਾ ਕਿਤਾ ਖੜਾ ਜਿਨਸੀ ਮਹੀਨ ਆਪਣੀਆਂ ਮਾਸ਼ਾ ਆਪਣੀ ਮੁੱਲ ਵਾਲੀ ਤਾਂ ਮੈਂ ਕਹਿ ਨਹੀਂ ਘਰੇਲੂ ਹੀ ਲੱਗੀ ਆਉਂਦੀ ਨੇ ਕੋਈ ਪਿਓ ਦਾਦੇ ਲਾਊ ਮਾਸ਼ਾ ਅੱਲਾ ਨਹੀਂ ਤਾਇਆ ਮਈ ਤੇਰੀ ਆਇਆ ਨਹੀਂ ਚੰਗੀਆਂ ਤਾਇਆ ਤੇਰੀ ਬੜੀ ਮਿਹਰਬਾਨੀ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਮੁਹੱਬਤਾਂ ਦੇ ਕਮੈਂਟ ਅੱਛਾ ਦੇਣਾ ਕੱਟਾ ਹੀ ਮਾਦੇ ਦੀ ਮਾਂ ਬੈਣ ਨੂੰ ਪਈ ਨਹੀਂ 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 ਕੱਟਾ ਹੀ ਦਾ ਕੱਟੇ ਦਾ ਹੀ ਆਪਾਂ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਮੁਹੱਬਤਾਂ ਦੇ ਕਮੈਂਟ ਵੀਰਾਂ ਨੇ ਲਾਜ਼ਮੀ ਕਰਨੇ ਨੇ ਅੱਲਾ ਦੀ ਮਿਹਰਬਾਨੀ ਨਾਲ ਇਸ ਬਰੀਡਰ ਦੇ ਮਾਲਕ ਜਨਾਬ ਡਿਮਾਂਡ ਤਾਂ ਕਰਦਾ 4 ਲੱਖ ਰੁਪਈਆ ਲੇਕਿਨ 3 ਲੱਖ ਦਾ ਫਾਈਨਲ ਹੈ 3 ਲੱਖ ਦੇ ਵਿੱਚ ਵੀ ਜਨਾਬ ਕਿਰਾਏ ਮੌਜੂਦ ਮੁਤਾਬਕ ਜਨਾਬ ਛੁਡਾਵਾਂਗੇ ਅੱਲਾ ਦੀ ਮਿਹਰਬਾਨੀ ਨਾਲ ਬਾਕੀ ਇਹ ਸਾਰੇ ਮਾਲ ਨੂੰ ਤਾਏ ਦਿਨ ਜਲਕੀ ਮਰਵਾ ਦਿੱਤੀ ਹੈ ਜਨਾਬ ਇੱਕ ਦੂਜੇ ਚੜ੍ਹਦੀਆਂ ਚੜ੍ਹਦੀਆਂ ਨੇ ਅੱਲਾ ਦੀ ਖਾਸ ਫਜ਼ਲੋ ਨਾਲ ਔਰ ਅੱਲਾ ਦੀ ਮਿਹਰਬਾਨੀ ਨਾਲ ਵੇਖ ਲਓ ਜਨਾਬ ਮੇਰੇ ਵੀਰ ਸੱਜਣ ਵੇਖਦੇ ਪਏ ਨੇ ਅਸਲ ਵਲੈਤੀ ਮੱਝਾਂ ਨੇ ਇਹਨਾਂ ਟਾਇਰਾਂ ਕੋਲ ਜਨਾਬ ਬਾਕੀ ਵੀਡੀਓ ਆਪਣੀ ਜਨਾਬ ਅੱਲਾ ਦੀ ਮਿਹਰਬਾਨੀ ਨਾਲ ਵੀਡੀਓ ਨੂੰ ਉਮੀਦ ਕਰਨੇ ਅਸੀਂ ਕਿ ਵੀਡੀਓ ਸਾਡੀ ਸ਼ੇਅਰ ਅਤੇ ਲਾਈਕ ਅਤੇ ਸਾਡੇ ਵੀਰ ਸੱਜਣ ਲਾਜ਼ਮੀ ਕਰਦੇ ਨੇ ਅੱਲਾ ਮਿਹਰਬਾਨੀ ਨਾਲ ਇੱਕ ਵਾਰੀ ਨਿੱਕਿਆਂ ਦੇ ਮਾਨ ਦਰਸ਼ਨ ਕਰਾਵੇ ਨਾ ਨਿੱਕਾ ਕਿੱਧਰ ਗਿਆ ਨਿੱਕਾ ਮੱਝ ਦਾ ਨਾਂ ਕੀ ਹੈ ਡਾਚੀ ਡਾਚੀ ਮਾਸ਼ਾਅੱਲਾ ਇਹ ਜਨਾਬ ਬੱਚਾ ਵੀ ਮੌਜੂਦ ਹੈ ਵਿੱਚ ਅੱਲਾ ਦੀ ਮਿਹਰਬਾਨੀ ਨਾਲ ਇਹ ਡਾਚੀ ਜਨਾਬ ਆ ਗਈ ਮਾਸ਼ਾਅੱਲਾ ਅਸਲ ਡਾਚੀ ਵਲੈਤੀ ਨੰਬਰ ਜਨਾਬ ਆਪਣਾ ਹੁੰਦਾ 0345-4756-043 ਇਸੇ ਨੰਬਰ 'ਤੇ ਵਟਸਐਪ 'ਤੇ ਇਸੇ ਟੀਮੋਂ ਮਿਲਣੇ ਖੂਬਸੂਰਤ ਲਾਜਵਾਬ ਵੀਡੀਓ ਨਾਲ ਅੱਲਾ ਨਿਗਹਿਬਾਨ ਪਾਕਿਸਤਾਨ ਜ਼ਿੰਦਾਬਾਦ